are watching Channel Y. Channel Y, a South Asian Canadian channel. ਗੱਲਬਾਤ ਕਰਦੇ ਹਾਂ। ਸੋਮ ਪ੍ਰਕਾਸ਼ ਨੇ ਕੈਪਟਨ ਸਰਕਾਰ ਨੂੰ ਜੰਮ ਕੇ ਘੇਰਦੇ ਹੋਏ ਕਿਹਾ ਕਿ ਕੈਪਟਨ ਨੇ ਨਾ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਤੇ ਨਾ ਹੀ ਗੁਟਕਾ ਸਾਹਿਬ ਦੀ ਖਾਧੀ ਸਹੁੰ ਪੂਰੀ ਕੀਤੀ ਹੈ। ਸੋਮ ਪ੍ਰਕਾਸ਼ ਨੇ ਇਸ ਮੌਕੇ SIT ਤੇ ਬੇਅਦਬੀ ਦੇ ਮੁੱਦੇ ਤੇ ਕੁਛ ਵੀ ਬੋਲਣ ਤੋਂ ਕਤਰਾਉਂਦੇ ਨਜ਼ਰ ਆਏ। ਇਹ ਤਾਂ ਸਾਰਿਆਂ ਨੂੰ ਪਤਾ ਯਾਰ, ਸਾਰੀ ਇਲੈਕਸ਼ਨ 'ਚ ਇਹੀ ਗੱਲ ਚੱਲਦੀ ਰਹੀ ਹੈ ਕਿ ਗੁਟਕੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਪੂਰੀ ਨਹੀਂ ਹੋ ਸਕੀ, ਔਰ ਨਸ਼ਾ ਉਸ ਤਰ੍ਹਾਂ ਵਿਕ ਰਿਹਾ, ਉਹ ਤੋਂ ਵੀ ਜ਼ਿਆਦਾ ਵਿਕ ਰਿਹਾ। ਇਹ ਹੁਣ ਨਵੀਂ ਗੱਲ ਨਹੀਂ, ਸਾਰਿਆਂ ਨੂੰ ਪਤਾ ਇਸ ਗੱਲ ਦਾ। ਕੌਣ ਬਣਦਾ? ਕੋਈ ਵੀ ਨਹੀਂ ਬਣਦਾ, ਨਸ਼ਾ ਰੋਜ਼ ਫੜਿਆ ਜਾਂਦਾ, ਰੋਜ਼ ਵਿਕਦਾ। ਆਮ ਆਦਮੀ ਪਾਰਟੀ ਦੁਆਰਾ ਇਕੱਠੇ ਹੋਣ ਨੂੰ ਫਿਰਦੇ ਪਏ ਆ, ਇਹਦੇ ਤੇ ਕੀ ਰਿਐਕਸ਼ਨ ਆ? ਹੋ ਜਾਣ ਵਧੀਆ, ਹੋ ਜਾਣ, ਉਹਨਾਂ ਦੀ ਮਰਜ਼ੀ ਹੈ, ਜੋ ਤਾਂ ਉਹਨਾਂ ਦੋ ਹੀ ਦੱਸ ਸਕਦੇ ਸਰ, ਇਕੱਠੇ ਹੋਣਾ ਨਹੀਂ, ਹੁਣ ਉਹਨਾਂ ਦੇਖਣਾ। ਆਮ ਆਦਮੀ ਯਾਰ, ਇਹ ਉਹਨਾਂ ਦਾ ਮਸਲਾ ਹੈ, ਆਮ ਆਦਮੀ ਪਾਰਟੀ ਦਾ ਮਸਲਾ, ਮੈਂ ਉਹ 'ਤੇ ਕੀ ਕਮੈਂਟ ਕਰ ਸਕਦਾ? ਉਹ ਕਾਂਗਰਸ 'ਚ ਜਾਣ, ਉਹ ਇਕੱਠੇ ਹੋ ਜਾਣ, ਵੱਖਰੇ ਵੱਖਰੇ ਹੋ ਜਾਣ, ਉਹਨਾਂ ਨੇ ਦੇਖਣਾ। ਇਹ ਤਾਂ ਸਾਰੇ ਸਾਰਾ ਪੰਜਾਬ ਹੀ ਹਾਹਾਕਾਰ ਹੋਈ ਹੈ, ਕਿੰਨੀ ਵਾਰ ਦੱਸ ਬਿਜਲੀ ਦੇ ਰੇਟ ਵਧਾਏ ਨੇ, ਔਰ ਬਹੁਤ ਮਾੜੀ ਗੱਲ ਹੈ, ਆਮ ਜਨਤਾ ਇੰਨਾ ਅਫੈਕਟਡ ਹੈ, ਬਹੁਤ ਮਾੜੀ ਗੱਲ ਹੈ। ਮੈਂ ਬੇਅਦਬੀ ਦੇ ਮਾਮਲੇ 'ਤੇ ਕੁਛ ਨਹੀਂ ਕਹਿਣਾ ਹੈ, ਵੱਡੇ ਲੀਡਰ ਬੋਲ ਰਹੇ ਨੇ, ਉਹ ਆਪੇ ਸਾਰੇ ਕਮੈਂਟਰੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਮੈਂਟਰੀ ਆਈ ਹੈ, ਸਰਕਾਰ ਵੱਲੋਂ ਵੀ ਆਈ ਹੈ, ਉਹ ਆਪਣੇ ਉੱਤੇ ਉਹਦਾ ਜੋ ਕਮੈਂਟਰੀ ਕਰ ਰਹੇ ਨੇ। ਮੈਂ ਕੋਈ ਜਵਾਬ ਨਹੀਂ ਮਿਲਿਆ। ਇੱਕ ਪੰਜਾਬ ਹਰਿਆਣਾ ਦਾ ਬਾਕੀ ਸਟੇਟਾਂ ਦੇ ਵਿੱਚ ਵੀ ਇੱਕ ਨਸ਼ਨ ਲੈ ਕੇ ਇੱਕ ਬਣਾਇਆ ਗਈ ਕਮੇਟੀ ਬਣਾਈ ਗਈ ਸੀਗੀ, ਉਹਦੇ 'ਤੇ ਕੀ ਉਹ ਸਹੀ ਕੰਮ ਕਰ ਰਹੀ ਹੈ ਤੁਹਾਨੂੰ ਲੱਗਦਾ ਵੀ? ਮੈਨੂੰ ਨਹੀਂ ਪਤਾ ਉਹਦਾ ਕੀ ਕੀਤਾ ਹੈ, ਪੰਜਾਬ 'ਚ ਨਹੀਂ ਕੰਮ ਹੋ ਰਿਹਾ ਇਹ ਤਾਂ ਪਤਾ ਹੈ। ਸਰ, ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਕੋਈ ਪਲਾਨ ਚੱਲਦੇ ਹੋ? ਪੰਜਾਬ ਦੀ ਇੰਡਸਟਰੀ ਨੂੰ ਹਲੇ ਸਟੱਡੀ ਕਰਾਂਗੇ ਜੀ, ਮਹੀਨਾ 15-20 ਮਹੀਨਾ ਸਟੱਡੀ ਕਰਾਂਗੇ, ਫਿਰ ਅਸੀਂ ਪੰਜਾਬ ਦੇ ਕੀ ਕਰਦੇ ਹਾਂ ਫਿਰ ਤੁਹਾਨੂੰ ਦੱਸ ਸਕਦੇ ਹਾਂ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।